ਦੋਸਤੋ ਅੱਜ ਮੇਰੇ ਫਿਰ ਲਾਹੌਰੀ ਭਾਈ ਨੂੰ ਅੱਬੂ ਨੇ ਕੰਮ ਕਰਨ ਭੇਜਿਆ ਵਾ ਅਤੇ ਮੈਨੂੰ ਭੇਜਿਆ ਉਹਦੇ ਪਿੱਛੇ ਨਿਗਰਾਨੀ ਲਈ ਅਤੇ ਆਓ ਤੁਹਾਨੂੰ ਮੈਂ ਦਿਖਾਉਂਦਾ ਵਾਂ ਕਿ ਉਹ ਕਿੱਦਾਂ ਦਾ ਕੰਮ ਕਰਨ ਡਿਆ ਵਾ, ਕੀ ਕਰਨ ਡਿਆ, ਕੀ ਨਹੀਂ ਕਰਨ ਡਿਆ। ਆਓ ਚੱਲਦੇ ਹਾਂ, ਤੁਹਾਨੂੰ ਉਦੋਂ ਦਿਖਾਉਂਦਾ ਕੀ ਕੰਮ ਕਰਨ ਡਿਆ। ਆ ਦੇਖੋ ਦੋਸਤੋ, ਅੱਜ ਮੈਂ ਫਿਰ ਆਪਦੇ ਲਾਹੌਰੀ ਭਾਈ ਕੋਲੋਂ ਕੰਮ ਕਰਵਾ ਰਿਹਾ ਵਾਂ। ਇਹ ਕਹਿੰਦਾ ਵਾ ਹਕੂਮਤ ਛੇਤੀ ਛੇਤੀ ਲਾਕਡਾਊਨ ਖੋਲ੍ਹੇ, ਮੈਂ ਤਾਂ ਲਾਹੌਰ ਜਾਵਾਂ ਨਹੀਂ ਤਾਂ ਮੇਰੇ ਕੋਲ ਇਹਨੇ ਕੰਮ ਕਰਾ ਕਰਾ ਕੇ ਪੂਰਾ ਕਰ ਦੇਣਾ। ਆਹ ਦੇਖ ਲਓ ਇਹਦਾ ਕੰਮ, ਤੁਸੀਂ ਦੇਖ ਲਓ। ਥੋੜ੍ਹਾ ਜਿਹਾ ਹੀ ਕੰਮ ਕੀਤਾ ਵਾ, ਕਹਿੰਦਾ ਮੈਂ ਥੱਕ ਗਿਆ, ਬਸ ਘਰ ਨੂੰ ਜਾਣਾ ਹੁਣ। ਇਹਦੇ ਕੋਲ ਆਪਾਂ ਅੱਜ ਸਾਰੇ ਬੰਗੇ ਬੰਨੇ ਛੰਗਵਾਉਣੇ ਆ। ਕਦੀ ਕਦੀ ਤਾਂ ਵੱਕੜ ਹੁੰਦੇ ਲਾਹੌਰ ਵਾਲੇ, ਅੱਗੇ ਜਦੋਂ ਹੁੰਦਾ ਹੁੰਦਾ ਸੀ ਦੋ ਤਿੰਨ ਛੁੱਟੀਆਂ 'ਤੇ ਹੁੰਦਾ ਹੁੰਦਾ ਸੀਗਾ। ਅੱਬੂ ਨੇ ਕੁਛ ਨਹੀਂ ਕਹਿਣਾ, ਬਸ ਕਹਿੰਦਾ ਇਹ ਗੌਰਮੈਂਟ ਨੂੰ ਦੁਆਵਾਂ ਦਿਓ ਕਿ ਲੰਮੀਆਂ ਛੁੱਟੀਆਂ ਦੇ ਦਿੱਤੀਆਂ, ਮੈਂ ਫਸ ਗਿਆ। ਨਹੀਂ ਤਾਂ ਅੱਗੇ ਲਾਹੌਰ ਬਾਅਦ 'ਚ ਹੁੰਦਾ ਹੁੰਦਾ ਸੀਗਾ, ਹੁਣ ਆਉਣ ਤੋਂ ਪਹਿਲੇ ਮੈਨੂੰ ਕਹਿੰਦਾ ਹੁੰਦਾ ਵੀ ਮੇਰੀ ਟਿਕਟ ਕਰਾ ਦੀਆਂ ਇਸ ਦਿਨ ਦੀ ਵਾਪਸੀ ਦੀ, ਮੈਂ ਚੱਲਾਂ ਵਾਪਸ ਜਾਣਾ ਵਾ। ਬਸ ਥੱਕ ਗਿਆ ਕਾਕਾ, ਤੂੰ ਟਾਈਮ ਨਾਲ ਲਾਹੌਰ ਜਾ ਫਿਰ। ਦੇਖ ਲਓ ਕੰਮ ਥੋੜ੍ਹਾ ਜਿਹਾ ਕੀਤਾ ਵਾ, ਕਈਆਂ ਜਾ ਕੇ ਭੱਜੀ ਜਾਂਦਾ ਵਾ, ਦੋਨੇ ਕਈਆਂ ਇੱਦਾਂ ਲੈ ਕੇ ਆਇਆ ਸੀਗਾ, ਇੱਕ ਵੱਡੀ ਕਈ ਛੋਟੀ, ਕਈ ਕਿੰਨਾ ਜਿੰਨਾ ਸਹੀ ਕੰਮ ਹੋਇਆ ਉਹਦੇ ਨਾਲ ਕਰੂੰਗਾ, ਭੱਜਿਆ ਜਾਂਦਾ ਵਾ। ਅੱਛਾ ਦੋਸਤੋ, ਅੱਜ ਦਾ ਵਲੌਗ ਕਿੱਥੇ ਖਤਮ ਹੁੰਦਾ ਵਾ, ਯਾਨੀ ਕਿ ਅੱਜ ਦੀ ਵੀਡੀਓ ਇੱਥੇ ਖਤਮ ਹੁੰਦੀ ਆ। ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਜਿਓ ਅਤੇ ਬੈੱਲ ਆਈਕੋਨ ਨੂੰ ਵੀ ਪ੍ਰੈਸ ਕਰ ਲਿਜਿਓ, ਤਾਂ ਕਿ ਸਾਡੇ ਅਗਲੇ ਵੱਲੋਂ ਮਜ਼ੀਦ ਇੱਦਾਂ ਵਾਲੀ ਵੀਡੀਓ ਮੇਰੇ ਲਾਹੌਰੀ ਭਾਈ ਨੇ ਆਉਣ ਵਾਲੀ ਵੀਡੀਓ ਤੁਹਾਡੇ ਜਲਦ ਪਹੁੰਚ ਸਕਣ।